ਪਾਣੀ 'ਚ ਉਛਲਦੀਆਂ ਹੋਈਆਂ ਲਹਿਰਾਂ ਦੀਆਂ ਤਸਵੀਰਾਂ ਕਿਸੇ ਦਰਿਆ ਜਾਂ ਨਦੀ ਦੀਆਂ ਨਹੀਂ ਬਲਕਿ ਸੜਕਾਂ ਦੀਆਂ ਨੇ, ਜਿੱਥੇ ਲੋਕ ਇਹਨਾਂ ਸੜਕਾਂ ਦੇ ਉੱਤੋਂ ਪਹੁੰਚੇ ਟੰਗ ਕੇ ਛਤਰੀਆਂ ਲੈ ਕੇ ਲੰਘਦੇ ਹੋਏ ਨਜ਼ਰ ਆ ਰਹੇ ਨੇ। ਜੀ ਹਾਂ, ਇੱਕ ਪਾਸੇ ਤਾਂ ਜਿੱਥੇ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਤੇ ਲੋਕ ਮੀਂਹ ਦੀ ਉਡੀਕ ਕਰ ਰਹੇ ਨੇ, ਤਾਂ ਦੂਜੇ ਪਾਸੇ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਵਿੱਚ ਇਹ ਹਾਲ ਹੈ ਕਿ ਭਾਰੀ ਮੀਂਹ ਦੇ ਨਾਲ ਸੜਕਾਂ ਤੱਕ ਪਾਣੀ 'ਚ ਡੁੱਬ ਗਈਆਂ ਨੇ। ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕੇਰਲ ਦੇ ਕੋਚੀ ਦੀਆਂ ਨੇ, ਜਿੱਥੇ ਕੋਚੀ ਦੇ ਵਿੱਚ ਵੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਇੱਥੇ ਸੜਕਾਂ ਨਦੀਆਂ ਦਾ ਰੂਪ ਧਾਰਨ ਕਰ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚੋਂ ਵਾਹਨ ਬੜੀ ਮੁਸ਼ਕਲ ਦੇ ਨਾਲ ਲੰਘ ਰਹੇ ਨੇ ਤੇ ਲੋਕ ਵੀ ਇੱਥੇ ਛਤਰੀਆਂ ਲੈ ਕੇ ਪਹੁੰਚੇ ਟੰਗ ਕੇ ਉਸੇ ਹੀ ਪਾਣੀ ਦੇ ਵਿੱਚੋਂ ਨਿਕਲ ਕੇ ਸੜਕ ਪਾਰ ਕਰ ਰਹੇ ਨੇ। ਸੜਕਾਂ ਦੇ ਉੱਤੇ ਇਸ ਕਦਰ ਪਾਣੀ ਭਰ ਚੁੱਕਿਆ ਹੈ ਕਿ ਲੋਕ ਆਪਣੀਆਂ ਗੱਡੀਆਂ ਵੀ ਨਹੀਂ ਖੜੀਆਂ ਕਰ ਪਾ ਰਹੇ। ਸਕੂਟੀਆਂ ਵਾਲੇ ਆਪਣੀਆਂ ਸਕੂਟੀਆਂ ਨੂੰ ਫੁੱਟਪਾਥ ਤੇ ਖੜਾ ਕਰ ਰਹੇ ਨੇ। ਬਰਸਾਤ ਉੱਪਰੋਂ ਲਗਾਤਾਰ ਪੈ ਰਹੀ ਹੈ ਤੇ ਥੱਲੇ ਸੜਕਾਂ ਦੇ ਉੱਤੇ ਪਾਣੀ ਵੀ ਨਿਕਲਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਆਪਣਾ ਕੰਮ ਬਾਖੂਬੀ ਨਿਭਾ ਰਹੇ ਨੇ, ਜੋ ਲੋਕਾਂ ਨੂੰ ਇਸ ਪਾਣੀ ਦੇ ਵਿੱਚੋਂ ਕੱਢ ਰਹੇ ਨੇ। ਜੋ ਆਪਣੀਆਂ ਗੱਡੀਆਂ ਨਹੀਂ ਕੱਢ ਪਾ ਰਹੇ, ਸਕੂਟੀਆਂ ਪਾਣੀ 'ਚ ਫਸ ਜਾਂਦੀਆਂ ਨੇ, ਤਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਤੈਨਾਤ ਨੇ ਸੜਕਾਂ ਦੇ ਉੱਤੇ, ਜੋ ਪੂਰੀ ਮਦਦ ਕਰ ਰਹੇ ਨੇ ਲੋਕਾਂ ਨੂੰ ਇੱਧਰ ਉੱਧਰ ਜਾਣ ਦੇ ਵਿੱਚ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਚੀ ਦੀਆਂ ਨੇ, ਜਿੱਥੇ ਕੇਰਲ ਦੇ ਵਿੱਚ ਗੱਲ ਕਰੀਏ ਤਾਂ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਸੜਕਾਂ ਜਲ ਥਲ ਹੋਈਆਂ ਨੇ, ਤਾਂ ਕੋਚੀ ਦੇ ਏਰਨਾਕੁਲਮ ਦੀਆਂ ਇਹ ਤਸਵੀਰਾਂ ਨੇ, ਜਿਸ ਸ਼ਹਿਰ ਦੇ ਵਿੱਚ ਹੁਣ ਸੜਕਾਂ ਪਾਣੀ 'ਚ ਡੁੱਬ ਚੁੱਕੀਆਂ ਨੇ, ਕਿਸੇ ਪਾਸੇ ਵੀ ਕੋਈ ਰਾਹ ਨਹੀਂ ਹੈ, ਪਰ ਲੋਕ ਜਿਹੜੇ ਨੇ ਸਹੀ ਪਾਣੀ ਦੇ ਵਿੱਚੋਂ ਲੰਘਣ ਲਈ ਮਜਬੂਰ ਹੋ ਰਹੇ ਨੇ। ਹਾਲਾਂਕਿ ਇਸ ਦੌਰਾਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਨੇ, ਪਰ ਇੱਥੇ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਇਸ ਵਰਦੇ ਮੀਂਹ ਦੇ ਵਿੱਚ ਤੇ ਖੜ੍ਹੇ ਪਾਣੀ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਲੋਕਾਂ ਨੂੰ ਇੱਧਰ ਉੱਧਰ ਜਾਣ ਦੇ ਲਈ ਰਾਹ ਦੱਸ ਰਹੇ ਨੇ। ਦੱਸ ਦਈਏ ਕਿ ਕੇਰਲ ਦੇ ਕਈ ਸ਼ਹਿਰਾਂ ਦੇ ਵਿੱਚ ਹੁਣ ਤੱਕ ਰੈੱਡ ਅਲਰਟ ਜਾਰੀ ਹੈ, ਕਿਉਂਕਿ ਅਜੇ ਤੱਕ ਨਾ ਤਾਂ ਬਰਸਾਤ ਥਮੀ ਹੈ ਤੇ ਨਾ ਹੀ ਸੜਕਾਂ ਦੇ ਉੱਤੋਂ ਪਾਣੀ ਨਿਕਲਿਆ। ਸੋ ਇੱਥੇ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਰੂਰੀ ਕੰਮ ਹੋਏ ਤਾਂ ਹੀ ਘਰੋਂ ਬਾਹਰ ਨਿਕਲਣ, ਤੇ ਬੜਾ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ, ਕਿਉਂਕਿ ਸੜਕਾਂ ਬਿਲਕੁਲ ਵੀ ਨਜ਼ਰ ਨਹੀਂ ਆ ਰਹੀਆਂ ਨੇ, ਸਿਰਫ ਪਾਣੀ ਹੀ ਪਾਣੀ ਹੈ ਪੂਰੇ ਸ਼ਹਿਰ ਦੇ ਵਿੱਚ, ਜਿਸ ਵਿੱਚੋਂ ਲੋਕ ਜਾਂ ਤਾਂ ਗੱਡੀਆਂ ਦੇ ਵਿੱਚੋਂ ਗੁਜ਼ਰ ਰਹੇ ਨੇ ਤੇ ਕੁਝ ਸਕੂਟੀਆਂ ਤੇ ਜਾ ਰਹੇ ਨੇ ਤੇ ਕੁਝ ਛਤਰੀਆਂ ਲੈ ਕੇ ਪੈਦਲ ਹੀ ਇਸ ਪਾਣੀ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ।